ਮੈਨੂੰ ਇੱਕ ਗੱਲ ਯਾਦ ਆਉਂਦੀ ਹੈ, ਰੀਅਲ ਗੱਲ ਹੈ, ਮੇਰੇ ਨਾਲ ਵਾਪਰੀ ਹੋਈ ਗੱਲ ਹੈ, ਮੈਂ ਉਹ ਦੱਸਦਾ। ਪ੍ਰੀ ਵਰਕਆਊਟ ਦੀ ਗੱਲ ਹੈ, ਉਦੋਂ ਸਾਡਾ ਅਜੇ ਟਰੂ ਫਾਰਮਾ ਦਾ ਪ੍ਰੀ ਵਰਕਆਊਟ ਲਾਂਚ ਨਹੀਂ ਸੀ। ਸੋ ਮੈਂ ਯੂਜਲੀ ਜਦੋਂ ਸ਼ੂਟਿੰਗ ਤੋਂ ਟਾਇਰਡ ਹੋਇਆ ਆਉਣਾ ਜਾਂ ਬਹੁਤ ਜ਼ਿਆਦਾ ਸਫ਼ਰ ਕਰਕੇ ਹੋਇਆ, ਤੁਹਾਡਾ ਜਿੰਮ ਲਾਉਣ ਨੂੰ ਜੀ ਨਹੀਂ ਕਰਦਾ, ਮੇਰਾ ਜਿੰਮ ਤਪੱਸਿਆ, ਮੈਂ ਰਿਲੈਕਸ ਫੀਲ ਕਰਦਾ ਉੱਥੇ। ਸੋ ਮੈਂ ਉਸ ਟਾਈਮ ਪ੍ਰੀ ਵਰਕਆਊਟ ਲੈ ਲੈਂਦਾ, ਕਿਉਂਕਿ ਉਹ ਤੁਹਾਨੂੰ ਹੈਲਪ ਕਰਦਾ ਐਕਸਰਸਾਈਜ਼ ਕਰਨ ਦੇ ਵਿੱਚ, ਬੂਸਟ ਕਰਦਾ। ਸੋ ਮੈਂ ਕਿਸੇ ਤੋਂ ਰੈਂਡਮਲੀ ਜਿੰਮ ਚੋਂ ਮੰਗਿਆ ਤੇ ਪੀ ਲਿਆ, ਮੇਰਾ ਬੀਬੀ ਇੱਕਦਮ ਅਪ ਹੋ ਗਿਆ, ਮੇਰੀ ਬੋਡੀ ਰੈੱਡ ਹੋ ਗਈ, ਮੈਨੂੰ ਸਮਝ ਨਹੀਂ ਆ ਰਿਹਾ ਸੀ ਹੁਣ ਮੈਂ ਕਰਾਂ ਕੀ। ਫਿਰ ਮੈਂ ਤਮਨ ਭਾਅ ਜੀ ਨੂੰ ਫੋਨ ਕੀਤਾ, ਤਮਨ ਭਾਅ ਜੀ ਟਰੂ ਫਾਰਮਾ ਦੇ ਸੀਓ ਨੇ, ਸੋ ਹੀ ਇਜ਼ ਅ ਵੈਰੀ ਗੁੱਡ ਐਂਡ ਵਾਈਸ ਮੈਨ, ਮੈਂ ਉਹਨਾਂ ਤੋਂ ਹਮੇਸ਼ਾ ਸਲਾਹ ਲੈਂਦਾ, ਤੇ ਬਾਈ ਨੇ ਮੈਨੂੰ ਕੁਛ ਸਲਿਊਸ਼ਨ ਦੱਸੇ ਤੇ ਮੈਂ ਥੋੜ੍ਹਾ ਜਿਹਾ ਨੋਰਮਲ ਹੋਇਆ। ਸੋ ਉਹ ਜਿਹੜਾ ਰੈਂਡਮਲੀ ਮੈਂ ਪ੍ਰੀ ਵਰਕਆਊਟ ਪੀਤਾ, ਮੈਨੂੰ ਲੱਗਿਆ ਮੈਂ ਇੱਕਦਮ ਵਾਪਸ ਆਇਆ ਹੋਵਾਂ, ਮਰਨ ਲੱਗਿਆ ਹਾਂ। ਸੋ ਮੈਨੂੰ ਲੱਗਦਾ ਜਿਹੜੇ ਹਾਰਟ ਅਟੈਕਸ ਵਗੈਰਾ ਹੁੰਦੇ ਆ ਜਾਂ ਕਹਿ ਦਿੰਦੇ ਆ ਆਪਾਂ, ਮੈਨੂੰ ਲੱਗਦਾ ਇਹ ਮਾੜੇ ਪ੍ਰੋਡਕਟਾਂ ਕਰਕੇ ਹੀ। ਸੋ ਉਸ ਦਿਨ ਤਮਨ ਭਾਅ ਜੀ ਨੇ ਤੇ ਮੈਂ ਡਿਸਾਈਡ ਕੀਤਾ ਸੀਗਾ ਕਿ ਆਪਾਂ ਪ੍ਰੀ ਵਰਕਆਊਟ ਬਣਾਵਾਂਗੇ, ਤੇ ਉਹ ਬਣਾਵਾਂਗੇ ਜਿਹਦਾ ਸਰੀਰ ਦੇ ਉੱਤੇ ਕੋਈ ਮਾੜਾ ਅਸਰ ਨਾ ਪਵੇ, ਕਿਉਂਕਿ ਹਰ ਇੱਕ ਦੀ ਜਾਨ ਕੀਮਤੀ ਆ। ਸੋ ਉਸ ਤੋਂ ਬਾਅਦ ਅਸੀਂ ਆਪਣਾ ਵੈਪਨ ਲਾਂਚ ਕੀਤਾ, ਅੱਜ ਅਸੀਂ ਵੈਪਨ ਲੈਂਦੇ ਹਾਂ ਤੇ ਖਾਨਾ ਮੈਂ ਐਕਸਰਸਾਈਜ਼ ਵੀ ਕਰ ਦੇਣਾ, ਤੁਸੀਂ ਵੀ ਟਰਾਈ ਕਰੋ, ਤੁਹਾਨੂੰ ਪਤਾ ਲੱਗੂਗਾ ਕਿ ਦੂਜੀ ਮਾਰਕੀਟ ਦੇ ਪ੍ਰੀ ਵਰਕਆਊਟ ਦੇ ਵਿੱਚ ਸਾਡੇ ਵਿੱਚ ਕੀ ਫਰਕ ਹੈ।